ਪੰਜਾਬੀ 뮤직 ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਲਾਂਚ ਹੁੰਦਾ ਜਿਨ੍ਹਾਂ 'ਚ ਕਦੇ ਹਥਿਆਰ ਕਦੇ ਲੱਚਰਪੁਣਾ ਜਾਂ ਫਿਰ ਕੋਈ ਐਸੀ ਗੱਲ ਜ਼ਰੂਰ ਦਿਖ ਜਾਂਦੀ ਹੈ ਜੋ ਯੂਥ 'ਤੇ ਆਪਣਾ ਗੂੜਾ ਅਸਰ ਛੱਡ ਜਾਂਦੀ ਹੈ। ਐਸਾ ਹੀ ਇੱਕ ਗੀਤ ਸੀ ਪਟਾਕੇ, ਜਿਸ ਨੂੰ ਗਾਇਆ ਸੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ, ਜੋ ਕਾਫੀ ਹਿੱਟ ਵੀ ਰਿਹਾ ਸੀ। ਪਰ ਨਾਲ ਹੀ ਉਸ ਗਾਣੇ ਦਾ ਇਹ ਕਹਿ ਕੇ ਵਿਰੋਧ ਹੋਇਆ ਕਿ ਇਹ ਗਾਣਾ ਪੰਜਾਬ ਦੇ ਯੂਥ 'ਤੇ ਮਾੜਾ ਅਸਰ ਛੱਡ ਰਿਹਾ, ਜਿਸ ਕਾਰਨ ਸੁਨੰਦਾ ਸ਼ਰਮਾ ਨੇ ਇੱਕ ਲੈਟਰ ਲਿਖੀ ਹੈ ਜਿਸ ਨੂੰ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਸ਼ੈਰੀ ਮਾਨ ਨੇ ਇਸ ਲੈਟਰ ਨੂੰ ਪੋਸਟ ਕਰਦਿਆਂ ਕੈਪਸ਼ਨ 'ਚ ਅਪਸ਼ਬਦਾਂ ਦਾ ਇਸਤੇਮਾਲ ਕੀਤਾ। ਇਸ ਲੈਟਰ 'ਚ ਸੁਨੰਦਾ ਸ਼ਰਮਾ ਨੇ ਆਪਣੇ ਗਾਣੇ ਪਟਾਕੇ ਨੂੰ ਲੈ ਕੇ ਮਾਫ਼ੀ ਮੰਗੀ ਹੈ। ਆਓ ਜਾਣੀਏ ਕੀ ਲਿਖਿਆ ਇਸ ਲੈਟਰ ਦੇ ਵਿੱਚ। ਮੈਂ ਸੁਨੰਦਾ ਸ਼ਰਮਾ ਅੱਜ ਮਿਤੀ 21-4-2019 ਨੂੰ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪੰਡਿਤ ਤਰਿੰਵਰ ਰਾਓ ਜੀ ਨੂੰ ਮਿਲੀ, ਜਿਸ ਵਿੱਚ ਪੰਜਾਬੀ ਮਾਂ ਬੋਲੀ, ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਗੰਭੀਰ ਵਿਚਾਰਾਂ ਹੋਈਆਂ। ਪਿਛਲੇ ਸਮੇਂ ਜੋ ਮੇਰੇ ਵੱਲੋਂ ਚਲੰਤ ਗੀਤ, ਜਿਸ ਨੂੰ ਲੈ ਕੇ ਪੰਡਿਤ ਜੀ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਸ਼ਿਕਵਾ ਜ਼ਾਹਰ ਕੀਤਾ ਗਿਆ ਸੀ, ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਚੰਗੇ ਗੀਤ ਗਾਉਣ ਲਈ ਵਚਨਬੱਧਤਾ ਦੁਹਰਾਉਂਦੀ ਹਾਂ। ਪਟਾਕੇ ਗੀਤ ਨੂੰ ਲੈ ਕੇ ਹੋਈ ਕੁਤਾਹੀ ਲਈ ਜੇਕਰ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਉਸਦੀ ਮੈਂ ਖਿਮਾ ਮੰਗਦੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਹਰੇਕ ਧਰਮ ਸੱਭਿਆਚਾਰ ਪ੍ਰਤੀ ਅਥਾਹ ਸਤਿਕਾਰ ਹੈ ਅਤੇ ਮੈਂ ਇੱਕ ਔਰਤ ਹੁੰਦਿਆਂ ਹਰੇਕ ਤਰ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹਾਂ। ਅੱਜ ਸਤਿਕਾਰਯੋਗ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਅਤੇ ਕੁਲਦੀਪ ਦੀ ਮੌਜੂਦਗੀ ਦੇ ਵਿੱਚ ਸੱਭਿਆਚਾਰਕ, ਪਰਿਵਾਰਕ ਅਤੇ ਗੁਰੂ ਪਾਤਸ਼ਾਹ ਦੀ ਉਪਮਾ ਕਰਦੀਆਂ ਰਚਨਾਵਾਂ ਰਿਕਾਰਡ ਕਰਵਾਉਣ ਦਾ ਸੰਕਲਪ ਕਰਦੀ ਹਾਂ। ਸੁਨੰਦਾ ਸ਼ਰਮਾ। ਸੁਨੰਦਾ ਸ਼ਰਮਾ ਦੀ ਇਸ ਚਿੱਠੀ ਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ।